Hello and welcome to Prableen Cause World. In today's video, we will be discussing the date sheet of class plus one. And if you want the date sheet, you can get it from the link which will be provided in the comment section and in the description box. I will also upload this PDF in the Telegram channel whose name is Prableen Cause World. If you want to join, you can definitely go and search in Telegram's search bar, type there Prableen Cause World and you will get the channel. You can join if you wish. So let's get started with the video. 9 तरीक यानी कि 9 दिसंबर नू हैगा है पंजाबी दा एग्जाम एंड मैं नाल दी नाल दसी भी जानी हां कि पंजाबी दा जड़ा सिलेबस है वो मैंने अपलोड कर दिता है चैनल दे उत्ते तो तुसी वो देख सकते हैं एंड मैंने काफी सारियां वीडियोस पंजाबी दे रिलेटेड भी अपलोड करियां हुईयां ने वो जो सिलेबस आ रहा है ठीक है उदे ही अकॉर्डिंग अपलोड करिया ने ऑब्जेक्टिव टाइप क्वेश्चंस ही अपलोड करे ने एंड इंपॉर्टेंट ही अपलोड करे ने नेक्स्ट इज फ्राइडे नो है इंग्लिश द एग्जाम इंग्लिश दा था आई थिंक सब्सटेंशियल नंबर ऑफ वीडियोस यू कैन वॉच ऑन माय चैनल ठीक है नेक्स्ट फिर आ जांदा 13th ऑफ दिसंबर नो हैगा केमिस्ट्री द एग्जाम ते फिर इकोनॉमिक्स दा कॉमर्स ते जिना ने ह्यूमैनिटीज ली हुई है यानी कि आर्ट्स ली हुई है इकोनॉमिक्स ते फिर नॉन मेडिकल या फिर मेडिकल वाले यानी कि साइंस स्ट्रीम वाले केमिस्ट्री का फिर उस तो बाद 14th ऑफ दिसंबर नू हैगा है ट्यूजडे नू जियोग्राफी ते एमओपी का एग्जाम फिर 15th ऑफ दिसंबर नू हैगा है हिस्ट्री अकाउंटेंसी ते फिजिक्स का एग्जाम ते फिर 16th ऑफ दिसंबर नू हैगा है पोल साइंस यानी कि पॉलिटिकल साइंस बायो ते फिर बिजनेस स्टडीज एंड फिर 17th ऑफ दिसंबर नू हैगा है मैथमेटिक्स का एग्जाम तो फिर इतने कुछ हदायतें दी हुई ने रूल्स दिते हुए ने सारिया क्लासा ने लई दिते हुए ने लाइक मैं जिहड़ियां भी नॉन बोर्ड क्लासेस ने उन्हां लई ये पीडीएफ आ ਤਾਂ ਫਿਰ ਆਪਾਂ ਜਿਹੜੀਆਂ ਇੰਪੋਰਟੈਂਟ ਇਨਫੋਰਮੇਸ਼ਨਸ ਨੇ ਉਹ ਵੀ ਰੀਡ ਕਰ ਲੈਂਦੇ ਹਾਂ ਵੈਸੇ ਤਾਂ ਮੈਂ ਸਾਰੇ ਦਾ ਸਾਰਾ ਪੀਡੀਐਫ ਹੀ ਪਾਉਂਗੀ ਨਾਟ ਓਨਲੀ ਫॉर ਪਲੱਸ 1 ਬਾਕੀ ਕਲਾਸਿਸ ਵੀ ਦੇਖ ਸਕਦੀਆਂ ਨੇ ਇਹਦੇ ਵਿੱਚ ਹੋਰ ਕਲਾਸਾਂ ਬਾਰੇ ਵੀ ਇਨਫੋਰਮੇਸ਼ਨ ਦਿੱਤੀ ਹੋਈ ਹੈ ਤਾਂ 11ਵੀਂ ਸ਼੍ਰੇਣੀ ਲਈ ਟਰਮ 1 ਦੀ 5 ਮੁੱਖ ਵਿਸ਼ੇ ਜਨਰਲ ਪੰਜਾਬੀ ਪੰਜਾਬ ਹਿਸਟਰੀ ਐਂਡ ਕਲਚਰ ਜਨਰਲ ਅੰਗਰੇਜ਼ੀ ਅਤੇ 3 ਇਲੈਕਟਿਵ ਵਿਸ਼ੇ ਅਤੇ ਇੱਕ ਵਾਧੂ ਵਿਸ਼ੇ ਜੇਕਰ ਲਾਗੂ ਹੋਵੇ ਦੀ ਲਿਖਤੀ ਪ੍ਰੀਖਿਆ ਲਈ ਜਾਵੇਗੀ ਹਰੇਕ ਵਿਸ਼ੇ ਦੇ ਪ੍ਰਸ਼ਨ ਪੱਤਰ ਵਿੱਚ 40 ਪ੍ਰਸ਼ਨ ਬਹੁ ਵਿਕਲਪੀ ਉੱਤਰਾਂ ਵਾਲੇ ਹੋਣਗੇ ਜਿਨ੍ਹਾਂ ਦਾ ਉੱਤਰ ਵਿਦਿਆਰਥੀਆਂ ਵੱਲੋਂ ਓਐਮਆਰ ਸ਼ੀਟ ਤੇ ਦਿੱਤਾ ਜਾਵੇਗਾ ਓਐਮਆਰ ਸ਼ੀਟ ਵਿਲ ਬੀ ਪ੍ਰੋਵਾਈਡਡ ਹਰੇਕ ਪ੍ਰਸ਼ਨ 1 ਅੰਕ ਦਾ ਹੋਵੇਗਾ ਹਰੇਕ ਵਿਸ਼ੇ ਦੀ ਪ੍ਰੀਖਿਆ ਲਈ ਸਮਾਂ 1.5 ਘੰਟੇ ਦਾ ਹੋਵੇਗਾ ਉਹ ਇਹ ਪ੍ਰੀਖਿਆ 50% ਪਾਠਕ੍ਰਮ ਟਰਮ 1 ਅਨੁਸਾਰ ਲਈ ਜਾਵੇਗੀ ਓਐਮਆਰ ਸ਼ੀਟ ਦੇ ਉੱਤਰ ਭਰਨ ਲਈ 1-40 ਤੱਕ ਖਾਨੇ ਗੋਲੇ ਹੋਣਗੇ ਓਐਮਆਰ ਸ਼ੀਟ ਵਿੱਚ ਵਿਦਿਆਰਥੀ ਵੱਲੋਂ ਆਪਣੇ ਵੇਰਵੇ ਭਰਨ ਲਈ 15 ਮਿੰਟ ਦਾ ਸਮਾਂ ਦਿੱਤਾ ਜਾਵੇਗਾ ਵਿਸ਼ੇ ਲਈ ਨਿਰਧਾਰਿਤ ਲਿਖਤੀ ਅੰਕਾਂ ਅਨੁਸਾਰ ਪ੍ਰਸ਼ਨਾਂ ਦੀ ਗਿਣਤੀ ਘੱਟ ਹੋ ਸਕਦੀ ਹੈ ਜਿਹੜੇ ਚੋਣਵੇਂ ਵਿਸ਼ੇ ਡੇਟ ਸ਼ੀਟ ਵਿੱਚ ਨਹੀਂ ਲਿਖੇ ਗਏ ਉਹਨਾਂ ਦੀ ਡੇਟ ਸ਼ੀਟ ਸਕੂਲ ਮੁਖੀ ਸਾਹਿਬਾਂ ਵੱਲੋਂ ਆਪਣੇ ਪੱਧਰ ਤੇ ਬਣਾ ਲਈ ਜਾਵੇਗੀ ਪੇਪਰ ਟਰਮ 1 ਦੇ ਸਿਲੇਬਸ ਵਿੱਚੋਂ ਲਿਆ ਜਾਵੇਗਾ ਪ੍ਰਸ਼ਨ ਪੱਤਰ ਐਮਸੀਕਿਊ ਆਧਾਰਿਤ ਪ੍ਰਸ਼ਨਾਂ ਤੇ ਹੋਵੇਗਾ ਪੇਪਰ ਆਫਲਾਈਨ ਲਿਆ ਜਾਵੇਗਾ ਓਐਮਆਰ ਸ਼ੀਟ ਦੇ ਉੱਤੇ ਭਰਨ ਦੇ ਪ੍ਰਸ਼ਨਾਂ ਦੀ ਗਿਣਤੀ ਅਨੁਸਾਰ ਖਾਨੇ ਜਾਂ ਗੋਲੇ ਹੋਣਗੇ ਪੇਪਰ ਸਵੇਰੇ 9:30 ਵਜੇ ਸ਼ੁਰੂ ਹੋਵੇਗਾ ਪੇਪਰ ਦਾ ਸਮਾਂ 90 ਮਿੰਟ ਹੋਵੇਗਾ ਇਸ ਤੋਂ ਇਲਾਵਾ ਓਐਮਆਰ ਸ਼ੀਟ ਤੇ ਵਿਦਿਆਰਥੀਆਂ ਵੱਲੋਂ ਆਪਣੇ ਵੇਰਵੇ ਭਰਨ ਲਈ 15 ਮਿੰਟ ਦਾ ਵਾਧੂ ਸਮਾਂ ਦਿੱਤਾ ਜਾਵੇਗਾ ਵਿਦਿਆਰਥੀਆਂ ਵੱਲੋਂ ਪ੍ਰਾਪਤ ਅੰਕਾਂ ਦਾ ਪੂਰਾ ਰਿਕਾਰਡ ਰੱਖਿਆ ਜਾਵੇਗਾ ਸੋ ਇਹ ਸੀਗੀ ਅੱਜ ਦੀ ਇਨਫੋਰਮੇਸ਼ਨ ਬੇਸਿਕਲੀ ਮੈਂ ਪਲੱਸ 1 ਜਿਹੜੇ 11th ਕਲਾਸ ਦੇ ਸਟੂਡੈਂਟਸ ਨੇ ਉਹਨਾਂ ਲਈ ਕਰਿਆ ਵੀਡੀਓ ਬਣਾਈ ਆ ਬਟ ਜਿਹੜਾ ਪੀਡੀਐਫ ਆ ਮੈਂ ਆਲ ਕਲਾਸਿਸ ਲਈ ਪ੍ਰੋਵਾਈਡ ਕਰ ਰਹੀ ਹਾਂ ਸੋ ਥੈਂਕ ਯੂ ਫੋਰ ਵਾਚਿੰਗ ਟੇਕ ਕੇਅਰ ਐਂਡ ਬੈਸਟ ਆਫ ਲੱਕ ਵੀਡੀਓਜ਼ ਦੇਖਦੇ ਰਹੋ ਚੈਨਲ ਤੇ ਕਾਫੀ ਵੀਡੀਓਜ਼ ਅਪਲੋਡਡ ਨੇ ਆਲਰੇਡੀ ਆਈ ਐਮ ਸ਼ੋਰ ਉਹ ਬਹੁਤ ਹੈਲਪ ਕਰਨਗੀਆਂ ਬਿਕੋਜ਼ ਮੈਨੂੰ ਜਿੱਥੇ ਤੱਕ ਲੱਗਦਾ ਵੀ ਮੋਸਟ ਆਫ ਦਾ ਕੁਐਸਚਨਸ ਉਹ ਵੀਡੀਓਜ਼ ਦੇ ਵਿੱਚੋਂ ਹੀ ਆਉਣੇ ਨੇ ਤੇ ਉਸ ਤੋਂ ਬਾਅਦ ਕੁਝ ਵੀ ਨਹੀਂ ਆਏਗਾ ਪ੍ਰੋਬੇਬਿਲਿਟੀ ਬਹੁਤ ਜ਼ਿਆਦਾ ਹੈ ਬਿਕੋਜ਼ ਜਿੰਨੇ ਵੀ ਕੁਐਸਚਨਸ ਮੈਂ ਕਰਵਾਏ ਨੇ ਇਸ ਚੈਨਲ ਦੇ ਇਸ ਵੀਡੀਓਜ਼ ਦੇ ਥਰੂ ਉਹ ਸਾਰੇ ਹੀ ਬਹੁਤ ਇੰਪੋਰਟੈਂਟ ਨੇ ਐਂਡ ਐਗਜ਼ਾਮੀਨੇਸ਼ਨ ਸਟਾਈਲ ਕੁਐਸਚਨਸ ਮੈਂ ਪ੍ਰੋਵਾਈਡ ਕਰੇ ਨੇ ਆਬਜੈਕਟਿਵ ਟਾਈਪ ਹੀ ਪ੍ਰੋਵਾਈਡ ਕਰੇ ਨੇ ਠੀਕ ਹੈ ਸੋ ਟੇਕ ਕੇਅਰ ਬਾਏ ਬਾਏ ਥੈਂਕ ਯੂ ਫੋਰ ਵਾਚਿੰਗ ਐਂਡ ਕੀਪ ਸਪੋਰਟਿੰਗ